ਜੀ ਦੋਸਤੋ ਦਾ ਫੈਕਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਅਜਿਹੇ ਨੌਜਵਾਨਾਂ ਨਾਲ ਤੁਹਾਨੂੰ ਮਿਲਾਂ ਜਾ ਰਹੇ ਹਾਂ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਜੋ ਕਿ ਦੇਸ਼ ਵਿੱਚ ਬੁਰਾਈਆਂ ਕੁਰੀਤੀਆਂ ਵੱਧਦੀਆਂ ਜਾ ਰਹੀਆਂ ਨੇ ਉਹਨਾਂ ਦੀ ਰੋਕਥਾਮ ਲਈ ਕੀ ਕੀਤਾ ਜਾਵੇ ਕੀ ਉਪਰਾਲੇ ਕੀਤੇ ਜਾਣ ਅਸੀਂ ਅੱਜ ਮਿਲਦੇ ਹਾਂ ਕਿ ਯੂਥ ਨਾਲ ਇੱਕ ਨੌਜਵਾਨ ਪੀੜ੍ਹੀ ਦੇ ਮੈਂਬਰ ਨਾਲ ਮਿਲਣ ਜਾ ਰਹੇ ਹਾਂ ਸਰ ਤੁਹਾਡਾ ਨਾਮ ਕੀ ਹੈ ਕਿਰਪਾਲ ਸਿੰਘ ਹੈ ਜੀ ਮੇਰਾ ਨਾਮ ਤੁਹਾਡੀ ਕੀ ਕੁਆਲੀਫਿਕੇਸ਼ਨ ਹੈ ਕੀ ਕੀਤਾ ਹੋਇਆ ਤੁਸੀਂ ਪੜ੍ਹਾਈ ਵਿੱਚ ਮੈਂ ਐਮਏ ਬੀਐਡ ਹਾਂ ਐਮਏ ਬੀਐਡ ਹੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੋਈ ਇਹੋ ਜਿਹੀ ਆਰਗੇਨਾਈਜੇਸ਼ਨ ਹੈ ਜਾਂ ਕੋਈ ਸੰਸਥਾ ਹੈ ਜਿਹਨੇ ਦੇਸ਼ ਦੀਆਂ ਬੁਰਾਈਆਂ ਨੂੰ ਰੋਕਥਾਮ ਲਈ ਜਿੱਦਾਂ ਕਿ ਪੰਜਾਬ ਦਾ ਨਾਮ ਲਈਏ ਬਹੁਤ ਹੀ ਹਿੱਟ ਲਿਸਟ ਵਿੱਚ ਹੈ ਪੰਜਾਬ ਵਿੱਚ ਕਿ ਬਹੁਤ ਹੀ ਨਸ਼ਾ ਜੋ ਕਿ ਪੰਜਾਬ ਦਾ ਹੜ ਮੰਨਿਆ ਜਾਂਦਾ ਕਿ ਨਸ਼ਾ ਬਹੁਤ ਹੀ ਇੱਥੇ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੋਈ ਸੰਸਥਾ ਹੈ ਜੋ ਅੱਗੇ ਵੱਧ ਚੜ੍ਹ ਕੇ ਇਸ ਨੂੰ ਰੋਕਥਾਮ ਲਈ ਸਿਰਫ ਡੇਰਾ ਸੱਚਾ ਸੌਦਾ ਸਰਸਾ ਹੀ ਇਸ ਵਿੱਚ ਵੱਧ ਚੜ੍ਹ ਕੇ ਆਇਆ ਹੈ ਹੋਰ ਕੋਈ ਸੰਸਥਾ ਨੇ ਇਸ ਤਰ੍ਹਾਂ ਦਾ ਕੋਈ ਉਪਰਾਲਾ ਨਹੀਂ ਕੀਤਾ ਨਸ਼ੇ ਛੁਡਵਾਏ ਜਾਂਦੇ ਹਨ ਉੱਥੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਜਾਂਦਾ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਲੋਕ ਇਸ ਚੀਜ਼ ਨੂੰ ਚੰਗਾ ਨਹੀਂ ਮੰਨਦੇ ਪਤਾ ਨਹੀਂ ਤਾਂ ਕੋਈ ਵਪਾਰੀਆਂ ਦਾ ਘਾਟਾ ਪੈ ਰਿਹਾ ਹੈ ਕਿਉਂਕਿ ਲੋਕ ਨਸ਼ੇ ਛੱਡ ਰਹੇ ਹਨ ਵੱਡੀ ਗਿਣਤੀ ਦੇ ਵਿੱਚ ਤਾਂ ਉਹਨਾਂ ਨੂੰ ਇਸ ਚੀਜ਼ ਦੀ ਉਹ ਹੈਗੀ ਫਿਰ ਵੀ ਡੇਰੇ ਨੂੰ ਗਲਤ ਹੀ ਦੱਸਿਆ ਜਾਂਦਾ ਬਾਬਾ ਰਾਮ ਰਹੀਮ ਸਿੰਘ ਜੀ ਜੋ ਡੇਰਾ ਦੇ ਮੁਖੀ ਨੇ ਉਹਨਾਂ ਨੇ ਨਸ਼ਾ ਮੁਕਤ ਕਰਨ ਲਈ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਕੀ ਉਪਰਾਲੇ ਕੀਤੇ ਆ ਉਹ ਉੱਥੇ ਜਾ ਕੇ ਜਿਹੜੇ ਬੰਦੇ ਨੇ ਵੀ ਨਸ਼ਾ ਛੱਡਣਾ ਹੁੰਦਾ ਸੀ ਉੱਥੇ ਜਾਂਦਾ ਸੀ ਉਸ ਨੂੰ ਉੱਥੇ ਬਸ ਨਸ਼ਾ ਛੱਡਣ ਦੇ ਟਿਪਸ ਦਿੱਤੀਆਂ ਜਾਂਦੀਆਂ ਸੀ ਵੀ ਆਪਾਂ ਇਸ ਤਰ੍ਹਾਂ ਛੱਡ ਸਕਦੇ ਹਾਂ ਉੱਥੇ ਜੋ ਉਹ ਕਰ ਸਕਦਾ ਸੀ ਮਾੜਾ ਮੋਟਾ ਕੋਈ ਕੰਮ ਉਹ ਤੋਂ ਉਹ ਜਿਹਾ ਉਹ ਕਰ ਲੈਂਦਾ ਸੀਗਾ ਬਾਕੀ ਜੇ ਕੋਈ ਹੋਸਪਿਟਲ ਦੀ ਸੁਵਿਧਾ ਸੀ ਉਹ ਵੀ ਉਹਨੂੰ ਦਿੱਤੀ ਜਾਂਦੀ ਸੀਗੀ ਫ੍ਰੀ ਦੇ ਵਿੱਚ ਕਿ ਉਹਨਾਂ ਤੋਂ ਪੈਸਾ ਮਤਲਬ ਲਿਆ ਜਾਂਦਾ ਸੀ ਬਿਲਕੁਲ ਫ੍ਰੀ ਦੇ ਵਿੱਚ ਦਿੱਤੀ ਜਾਂਦੀ ਸੀ ਸੁਵਿਧਾ ਉਸ ਤੋਂ ਬਾਅਦ ਜੇ ਕੋਈ ਉਹ ਹਫ਼ਤੇ 10 ਦਿਨਾਂ ਦੇ ਵਿੱਚ ਬੰਦਾ ਬਿਲਕੁਲ ਨਸ਼ਾ ਛੱਡ ਦਿੰਦਾ ਸੀਗਾ ਤੇ ਵਧੀਆ ਆਪਦਾ ਠੀਕ ਚੱਲਦਾ ਸੀਗਾ ਆਪਦੀ ਤੁਸੀਂ ਇੱਕ ਨੌਜਵਾਨ ਹੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਬਾਬਾ ਰਾਮ ਰਹੀਮ ਨੇ ਦੇਸ਼ ਵਿੱਚ ਵੱਧਦੀਆਂ ਹੋਈਆਂ ਬੁਰਾਈਆਂ ਦੀ ਕਿੱਥੋਂ ਤੱਕ ਰੋਕਥਾਮ ਕੀਤੀ ਸੀ ਜਿੱਦਾਂ ਕਿ ਦੇਖਿਆ ਜਾਂਦਾ ਕਿ ਵੈਸ਼ਵਾਵਰਤੀ ਕਰਪਸ਼ਨ ਜੋ ਬਹੁਤ ਹੀ ਵੱਡਾ ਕਾਰਨ ਆਪਣੇ ਦੇਸ਼ ਵਿੱਚ ਬੰਦਾ ਜਾ ਰਿਹਾ ਵੱਧਦਾ ਹੀ ਜਾ ਰਿਹਾ ਉਸਦੀ ਰੋਕਥਾਮ ਲਈ ਬਾਬਾ ਰਾਮ ਰਹੀਮ ਸਿੰਘ ਜੀ ਨੇ ਕੀ ਉਪਰਾਲੇ ਕੀਤੇ ਆ ਕੀਤੇ ਸੀਗੇ ਜਿਵੇਂ ਹੁਣ ਵੈਸ਼ਾਵਿਰਤੀ ਨੂੰ ਰੋਕਣ ਖਾਤਰ ਉਹਨਾਂ ਨੇ ਮਤਲਬ ਕਿ ਉਸ ਦਲ ਦਲ 'ਚੋਂ ਲੜਕੀਆਂ ਨੂੰ ਕੱਢ ਕੇ ਉਹਨਾਂ ਨੂੰ ਅਡੋਪਟ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਵਿਆਹ ਵੀ ਕਰਵਾਏ ਗਏ ਠੀਕ ਹੈ ਬਾਕੀ ਕਰਪਸ਼ਨ ਪ੍ਰਤੀ ਵੀ ਉਹਨਾਂ ਨੇ ਕੀਤਾ ਵੀ ਨਾ ਆਪਾਂ ਰਿਸ਼ਵਤ ਲੈਣੀ ਹੈ ਨਾ ਦੇਣੀ ਹੈਗੀ ਆਪਾਂ ਇਹ ਚੀਜ਼ ਨੂੰ ਰੋਕਿਆ ਜਾਵੇ ਜੇ ਆਪਾਂ ਇਸ ਚੀਜ਼ ਨਾਲ ਅਵੇਅਰ ਹੋਵਾਂਗੇ ਤਾਂ ਹੀ ਉਹ ਚੀਜ਼ ਦਾ ਇਫੈਕਟ ਆਪਾਂ ਹੋਰ ਕਿਸੇ ਨੂੰ ਵੀ ਉਹ ਕਰ ਸਕਦੇ ਹਾਂਗੇ ਅਤੇ ਹੋਰ ਵੀ ਬਹੁਤ ਕਾਰਜ ਆ ਜੋ ਡੇਰੇ ਨੇ ਚਲਾਏ ਹੋਏ ਹੈਗੇ 100 ਹੁਣ ਤਾਂ 135-136 ਦੇ ਕਰੀਬ ਪਹੁੰਚ ਚੁੱਕੇ ਹੈਗੇ